ਥਾਈਲੈਂਡ ਸੀਰੀਜ਼ ਦੇ ਇਸ ਟਰੈਵਲ ਵਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਟਰੈਵਲਿੰਗ ਬਨੀ। ਥਾਈਲੈਂਡ ਸੀਰੀਜ਼ ਦੇ ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਊਂਗਾ ਫੁਕੇ ਦੀ ਮੋਸਟ ਫੇਮਸ ਚੀਜ਼, ਜੋ ਕਿ ਹੈ ਪਤੌਂਗ ਬੀਚ ਏਰੀਆ ਦੀ ਨਾਈਟ ਲਾਈਫ। ਅੱਜ ਦੇ ਵਲੌਗ ਦੇ ਵਿੱਚ ਆਪਾਂ ਐਕਸਪਲੋਰ ਕਰਾਂਗੇ ਬੈਸਟ ਕਲੱਬਸ ਪਤੌਂਗ ਬੀਚ ਦੇ, ਅਤੇ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਊਂਗਾ ਤੁਹਾਡਾ ਕੀ ਐਕਸਪੈਂਸ ਆਉਂਦਾ ਇੱਕ ਦਿਨ ਦਾ ਹੋਟਲ ਰੈਂਟ ਕਰਨ ਤੋਂ ਕਲੱਬ ਪਾਰਟੀ ਕਰਨ ਤੱਕ। ਅਤੇ ਕਰਦੇ ਹਾਂ ਸ਼ੁਰੂ ਇੱਕ ਨਵਾਂ ਦਿਨ ਅਤੇ ਇੱਕ ਨਵੇਂ ਵਲੌਗ ਦੇ ਨਾਲ। ਫਿਲਹਾਲ ਮੈਂ ਟਰੈਵਲ ਕਰ ਰਿਹਾ ਫੁਕੇਟ ਟਾਊਨ ਤੋਂ ਪਤੌਂਗ ਬੀਚ। ਫੁਕੇਤ ਟਾਊਨ ਤੋਂ ਲੱਗ ਜਾਂਦੇ ਆ ਅਰਾਊਂਡ 30 ਮਿੰਟਸ ਲੱਗ ਜਾਂਦੇ ਇੱਥੇ ਬਾਏ ਕਾਰ ਆਉਣ 'ਤੇ। ਬੋਲਟ ਟੈਕਸੀ ਮੈਂ ਕੀਤੀ ਸੀ ਬੁੱਕ, ਗ੍ਰੈਬ ਟੈਕਸੀ ਵਿੱਚ ਜ਼ਿਆਦਾ ਸ਼ੋਅ ਹੋ ਰਿਹਾ ਸੀ ਅਰਾਊਂਡ 400 baht, ਅਤੇ ਇਹਦੇ ਵਿੱਚ ਮੈਨੂੰ 290 baht ਸਮਥਿੰਗ 293 baht ਦੇ ਵਿੱਚ ਟੈਕਸੀ ਮਿਲ ਗਈ ਸੀ ਪਤੌਂਗ ਬੀਚ ਦੀ। 2-3 ਦਿਨ ਤੁਹਾਨੂੰ ਇੱਥੇ ਘੁੰਮਾਉਣ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਜਾਊਂਗਾ ਬੈਂਕੋਕ। ਇਹ ਸਾਰਾ ਹੀ ਫੁਕੇਤ, ਵੈਸੇ ਸਾਰਾ ਰੀਜਨ ਹੀ ਪਹਾੜੀ ਇਲਾਕਾ, ਪਲੇਨ ਏਰੀਆ ਕਿਤੇ ਆਉਂਦਾ ਹੀ ਨਹੀਂ ਬੈਂਕੋਕ ਵਾਂਗੂ। ਕਦੇ ਉਤਰਾਣ ਆ ਜਾਂਦੀ ਹੈ, ਕਦੇ ਚੜ੍ਹਾਈ ਆ ਜਾਂਦੀ ਹੈ। ਇਹ ਬੈਡਰੂਮ ਆ, ਅਤੇ ਇੱਦਾਂ ਦਾ ਤੁਹਾਨੂੰ ਰੂਮ ਮਿਲੂਗਾ ਜੇ ਤੁਸੀਂ 650 baht ਸਮਥਿੰਗ ਦਾ ਰੂਮ ਲੈਂਦੇ ਹੋ ਥਾਈਲੈਂਡ ਦੇ ਵਿੱਚ, ਤਾਂ ਇੱਦਾਂ ਦਾ ਵਿਊ ਹੋਊਗਾ। ਇੱਕ ਬਾਲਕਨੀ ਆ ਬਾਹਰ, ਅਤੇ ਇਹ ਵਿੰਡੋ ਆ ਗਈ, ਵਿੰਡੋ ਦੇ ਨਾਲ ਸੀਟ, ਅਤੇ ਕੀ ਕਾਰਡ ਦੀ ਐਂਟਰੀ ਆ। ਮੇਰੇ ਹਿਸਾਬ ਨਾਲ ਇਹ ਰੂਮ ਕਾਫੀ ਚੀਪ ਆ, ਜੇ ਤੁਸੀਂ ਇੰਡੀਆ ਦੇ ਵਿੱਚ ਰੈਂਟ ਕਰਦੇ ਹੋ ਰੂਮ, ਤਾਂ ਮੇਰੇ ਹਿਸਾਬ ਨਾਲ ਤੁਹਾਨੂੰ 2-3 ਹਜ਼ਾਰ ਤਾਂ ਇੰਡੀਆ 'ਚ ਹੀ ਲੱਗ ਜਾਂਦੇ ਆ ਇਸ ਕੰਡੀਸ਼ਨ ਦਾ ਰੂਮ ਲੈਣ ਦੇ ਲਈ। ਇੱਥੇ ਸਿਰਫ ਤੁਹਾਨੂੰ 1200 baht ਦਾ 2 ਦਿਨਾਂ ਦੇ ਲਈ ਲਿਆ ਮੈਂ ਇਹ 650 baht ਈਚ, ਤਾਂ ਟੋਟਲ ਹੋ ਗਿਆ 1300 baht। 1300 baht ਦੇ ਵਿੱਚ ਮੈਨੂੰ ਇਹ ਰੂਮ ਮਿਲਿਆ, ਅਤੇ ਹੁਣ ਤੁਹਾਨੂੰ ਬਾਹਰ ਲੈ ਕੇ ਚੱਲੂੰਗਾ ਮੈਂ, ਥੋੜ੍ਹਾ ਵਲੌਗ ਪੁਰਾਣੇ ਵਲੌਗ ਦੀ ਐਡੀਟਿੰਗ ਵਗੈਰਾ ਕਰਕੇ ਖਤਮ ਕਰਕੇ ਤੁਹਾਨੂੰ ਬਾਹਰ ਦਿਖਾਉਂਦਾ ਕਿੱਦਾਂ ਦਾ ਹੈਗਾ ਵਾ ਬੰਗਲਾ ਵਾਕਿੰਗ ਸਟਰੀਟ। ਅਤੇ ਮੈਨੂੰ ਇਹ ਰੂਮ ਦੀ ਅੱਛੀ ਗੱਲ ਇਹ ਲੱਗੀ, ਮੋਡਮ ਵੀ ਅੰਦਰ ਹੀ ਸੀਗਾ ਤਾਂ ਹੁਣ ਨੈਟਵਰਕ ਵੀ ਫੁੱਲ ਹੀ ਆਊਗਾ, ਅਤੇ ਇਹ ਹੈਗਾ ਯੂਜ਼ਰ ਨੇਮ ਅਤੇ ਪਾਸਵਰਡ ਤੁਹਾਡੇ ਮੋਡਮ ਦਾ। ਕਾਫੀ ਨੀਟ ਐਂਡ ਕਲੀਨ ਰੂਮ ਆ 650 baht ਦੇ ਵਿੱਚ, ਅਤੇ ਇੰਨੇ ਵਿੱਚ ਤਾਂ ਮੇਰੇ ਹਿਸਾਬ ਨਾਲ ਕੋਈ ਮਾੜੀ ਡੀਲ ਨਹੀਂ ਹੈਗੀ। ਅਤੇ ਹੁਣ ਕਰਦੇ ਹਾਂ ਐਡਿਟ ਵਲੌਗ ਨੂੰ, ਅਤੇ ਐਡਿਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦਾ ਫੁਕੇਤ ਪਤੌਂਗ ਬੀਚ ਦੀ ਨਾਈਟ ਲਾਈਫ। ਅਤੇ ਹੋਟਲ ਵਿੱਚ ਕਾਫੀ ਰੈਸਟ ਕਰਨ ਤੋਂ ਬਾਅਦ ਹੁਣ ਮੈਂ ਆ ਗਿਆ ਪਤੌਂਗ ਬੀਚ ਦੇ ਉੱਤੇ, ਅਤੇ ਹੁਣ ਮੈਂ ਤੁਹਾਨੂੰ ਲੈ ਕੇ ਜਾਊਂਗਾ ਅੰਦਰ
ਤੇ ਦਿਖਾਉਣਾ ਕੀ ਮਾਹੌਲ ਚੱਲ ਰਿਹਾ ਪਤੋਂਗ ਬੀਚ ਦੇ ਉੱਤੇ ਤੇ ਕੀ ਐਕਟੀਵਿਟੀਜ਼ ਤੁਸੀਂ ਇੱਥੇ ਕਰ ਸਕਦੇ ਹੋ। ਇੱਦਾਂ ਦਾ ਮਾਹੌਲ ਹੁੰਦਾ ਇੱਥੇ ਰਾਤ ਨੂੰ 8 ਵਜੇ ਤੋਂ ਬਾਅਦ, ਜਿਵੇਂ ਕਿ ਤੁਸੀਂ ਇਹ ਕੁੜੀਆਂ ਦੇਖ ਰਹੇ ਹੋ ਬਾਹਰ ਖੜੀਆਂ, ਇਹ ਸਾਰੀਆਂ ਕਮਿਸ਼ਨ ਬੇਸਡ ਤੇ ਕੰਮ ਕਰਦੀਆਂ ਨੇ ਕਲੱਬ ਦੇ ਵਿੱਚ। ਜੇ ਤੁਸੀਂ ਇਹਨਾਂ ਦੇ ਕਹੇ ਤੇ ਅੰਦਰ ਜਾਂਦੇ ਹੋ ਤੇ ਡਰਿੰਕਸ ਲੈਂਦੇ ਹੋ, ਇਹ ਸਾਰੀ ਕੁੜੀਆਂ ਨੂੰ ਉਹਦਾ ਕਮਿਸ਼ਨ ਵੀ ਮਿਲਦਾ। ਤੇ ਮੈਂ ਟਰਾਈ ਕੀਤੀ ਇੱਥੇ 200 ਬਾਟ ਦੇ ਕੇ ਇਹ ਰਾਈਫਲ, ਅਤੇ ਇਹ ਛੋਟੀ ਜਿਹੀ ਸ਼ੂਟਿੰਗ ਰੇਂਜ ਬਣਾਈ ਹੋਈ ਹੈ ਇਹਨਾਂ ਨੇ, ਜਿੱਥੇ ਮੈਂ 50 ਰਾਊਂਡਸ ਫਾਇਰ ਕਰ ਸਕਦਾ ਸੀਗਾ ਸਿਰਫ 200 ਬਾਟ ਦੇ ਵਿੱਚ। ਅਤੇ ਜਦ ਤੁਹਾਡੇ 50 ਰਾਊਂਡਸ ਪੂਰੇ ਹੋ ਜਾਂਦੇ ਆ, ਇਹ ਤੁਹਾਨੂੰ ਐਂਡ 'ਤੇ ਇੱਕ ਚਾਰਟ ਦੇ ਦਿੰਦੇ ਆ, ਜਿੱਦਾਂ ਕਿ ਮੈਂ ਹੱਥ 'ਚ ਫੜਿਆ ਹੋਇਆ। ਇਹ ਚਾਰਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਐਕੂਰੇਟ ਤੁਸੀਂ ਫਾਇਰ ਕੀਤਾ। ਥਾਈਲੈਂਡ ਦਾ ਮੋਸਟ ਫੇਮਸ ਕਲੱਬ ਜੋ ਕਿ ਨੰਬਰ 1 ਤੇ ਆਉਂਦਾ ਪੂਰੇ ਥਾਈਲੈਂਡ ਦੇ ਵਿੱਚ, ਉਹ ਹੈਗਾ ਇਲੂਜਨ ਕਲੱਬ। ਅਤੇ ਹੁਣ ਮੈਂ ਚੱਲਿਆ ਇਲੂਜਨ ਕਲੱਬ 'ਤੇ, ਅਤੇ ਥਾਈਲੈਂਡ ਦੇ ਵਿੱਚ ਇਹਦਾ ਨੰਬਰ 1 ਹੈ ਅਤੇ ਵਰਲਡ ਵਾਈਡ ਇਹਦਾ ਨੰਬਰ ਆਉਂਦਾ 11। ਅਤੇ ਹੁਣ ਮੈਂ ਤੁਹਾਨੂੰ ਅੰਦਰ ਦਿਖਾਉਂਦਾ ਕੀ ਮਾਹੌਲ ਚੱਲ ਰਿਹਾ ਇਲੂਜਨ ਕਲੱਬ 'ਤੇ। ਵਨ ਆਫ ਦਾ ਮੋਸਟ ਫੇਮਸ ਕਲੱਬ ਹੈ ਥਾਈਲੈਂਡ ਦਾ, ਜਿੱਥੇ ਕਿ 5,000 ਬੰਦਿਆਂ ਦੀ ਗੈਦਰਿੰਗ ਹੋ ਸਕਦੀ ਹੈ। ਇਹ ਕਲੱਬ ਨੂੰ ਸਭ ਤੋਂ ਖਾਸ ਬਣਾਉਂਦੀ ਹੈ ਇਹਦੀ ਲਾਈਟਨਿੰਗ ਅਤੇ ਇਹਦੇ DJ, ਪਲੱਸ ਇਹਦੀ ਰੂਫ ਦੇ ਉੱਤੇ ਲੱਗੇ ਹੋਏ ਨੇ ਫਲੈਸ਼ਰਸ ਜੋ ਕਿ ਹੋਰ ਵੀ ਜ਼ਿਆਦਾ 3D ਇਫੈਕਟ ਦਿੰਦੇ ਨੇ। ਕਲੱਬ 'ਤੇ ਚਲਦੀ ਹੈ ਸਾਰੀ ਰਾਤ ਪਾਰਟੀ ਅਤੇ ਇਹ ਕਲੋਜ਼ ਹੁੰਦਾ ਰਾਤ ਦੇ 4 ਵਜੇ। ਥਾਈਲੈਂਡ ਦਾ ਨੰਬਰ 1 ਕਲੱਬ ਹੋਣ ਤੋਂ ਬਾਅਦ ਵੀ ਇੰਨਾ ਮਹਿੰਗਾ ਨਹੀਂ ਹੈਗਾ, ਅਤੇ ਮੈਂ ਇੱਥੇ ਔਡਰ ਕੀਤਾ ਸ਼ੀਸ਼ਾ ਜੋ ਕਿ ਮੈਨੂੰ ਕੋਸਟ ਕੀਤਾ 800 ਬਾਟ, ਅਤੇ ਇੱਕ ਬੀਅਰ, ਅਤੇ ਬੀਅਰ ਮੈਨੂੰ ਕੋਸਟ ਕੀਤੀ 200 ਬਾਟ। ਇਹ
ਪੁਆਇੰਟ ਤੇ ਇਹ ਵਾਕਿੰਗ ਸਟਰੀਟ ਐਂਡ ਹੁੰਦੀ ਆ, ਜਿੱਥੇ ਇਹ ਐਂਡ ਹੁੰਦੀ ਆ ਉੱਥੋਂ ਬੀਚ ਸ਼ੁਰੂ ਹੋ ਜਾਂਦੀ ਆ। ਜਿੰਨੀ ਵੀ ਭੀੜ ਆ ਸਾਰੀ ਵਾਕਿੰਗ ਸਟਰੀਟ 'ਤੇ ਹੀ ਆ, ਬੀਚ ਤਾਂ ਆਲਮੋਸਟ ਖਾਲੀ ਪਈ ਆ। ਇੱਥੇ ਆਈ ਥਿੰਕ ਇਹਨਾਂ ਦੇ ਖਾਏ ਲੋਕਲ ਇੱਥੇ ਆਪਣੀ ਅਲੱਗ ਪਾਰਟੀ ਕਰ ਰਹੇ ਨੇ, ਆਪਣਾ ਅਲੱਗ ਹੀ ਡੀਜੇ ਲਗਾ ਕੇ। ਰਾਤ ਦੇ 2 ਵੱਜ ਗਏ ਹੁਣ, ਲੋਕਾਂ ਨੇ ਕਲੱਬ ਤੋਂ ਜਾਣਾ ਘਰੇ, ਤਾਂ ਟੁੱਕ ਟੁੱਕ ਵਾਲਿਆਂ ਨੇ ਆਪਣੇ ਸਾਰੇ ਟੁੱਕ ਟੁੱਕ ਨੂੰ ਕਲਰ ਕੀਤਾ ਹੋਇਆ, ਕਈਆਂ ਨੇ ਤਾਂ ਛੱਤਾਂ ਵੀ ਲਵਾਈਆਂ ਹੋਈਆਂ। ਹੁਣ ਇਹਨਾਂ ਨੇ ਵਾਕਿੰਗ ਸਟਰੀਟ ਦੇ ਗੇਟ ਦੇ ਕੋਲੇ ਪਾਰਕ ਕਰਤੇ ਤਾਂ ਕਿ ਇਹਨਾਂ ਨੂੰ ਕਸਟਮਰ ਟੈਕਸੀ ਤੋਂ ਪਹਿਲਾਂ ਮਿਲ ਜਾਣ। ਅਤੇ ਹਾਈਲਾਈਟ ਹੋਣ ਲਈ ਇਹਨਾਂ ਨੇ ਕਲਰ ਵੀ ਅਲੱਗ ਅਲੱਗ ਕੀਤੇ ਹੋਏ ਆ, ਗ੍ਰੀਨ, ਔਰੇਂਜ, ਪਿੰਕ, ਰੈੱਡ। ਇਹਨੇ ਤਾਂ ਟੁੱਕ ਟੁੱਕ ਦੇ ਅੰਦਰ RPG ਲਾਈਟਾਂ ਤੱਕ ਲਾਈਆਂ ਹੋਈਆਂ, ਅਤੇ ਇੱਕ ਸਕਰੀਨ ਵੀ ਲੱਗੀ ਹੋਈ LCD ਦੀ। ਨਾਈਸ 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 ਟੁੱਕ ਟੁੱਕ ਆ। ਅਤੇ ਇਹ ਸੀਗਾ ਅੱਜ ਦਾ ਵਲੋਗ, ਆਈ ਹੋਪ ਤੁਸੀਂ ਸਾਰਿਆਂ ਨੇ ਇਹਨੂੰ ਜ਼ਰੂਰ ਇੰਜੋਏ ਕੀਤਾ ਹੋਊਗਾ। ਅਤੇ ਹੁਣ ਕੱਲ੍ਹ ਮੇਰੀ ਫਲਾਈਟ ਹੈਗੀ ਹੈ ਬੈਂਕੋਕ ਦੀ, ਅਤੇ ਹੁਣ ਮਿਲਦੇ ਹਾਂ ਤੁਹਾਨੂੰ ਕੱਲ੍ਹ ਕਿਸੇ ਨਵੇਂ ਦਿਨ ਅਤੇ ਕਿਸੇ ਨਵੇਂ ਵਲੋਗ ਦੇ ਵਿੱਚ।